ਜੀਰਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਕੁਲਵੀਰ ਸਿੰਘ ਜੀਰਾ ਜੋ ਇਹਨਾਂ ਦਿਨਾਂ ਦੌਰਾਨ ਸੁਰਖੀਆਂ ਵਿੱਚ ਨੇ, ਜਿਨ੍ਹਾਂ ਨੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ 'ਤੇ PA 'ਤੇ ਕੀ ਪਰਚਾ ਦਰਜ ਹੋਇਆ ਨਹੀਂ ਹੋਇਆ, ਉਹਨਾਂ ਦਾ PA ਸੀਗਾ ਜਾਂ ਨਹੀਂ ਸੀਗਾ, ਜਾਂ ਪੁਲਿਸ ਹੁਣ ਤੱਕ ਕੀ ਆਪਣਾ ਜਵਾਬ ਦੇ ਰਹੀ ਹੈ ਜੋ ਇਹਨਾਂ ਨੇ ਦੋਸ਼ ਲਾਏ ਨੇ। ਜੀਰਾ ਜੀ, ਇਹ ਦੱਸੋ ਅੱਜ ਇਹ ਚਰਚਾ ਵੀ ਤੁਹਾਡੇ PA 'ਤੇ ਪੁਲਿਸ ਨੇ ਪਰਚਾ ਦਰਜ ਕੀਤਾ, ਉਹ ਕੀ ਮੈਟਰ ਹੈ? ਪਹਿਲੀ ਗੱਲ ਇਹ ਹੈ ਕਿ ਉਹ ਮੇਰਾ PA ਨਹੀਂ, ਮੇਰੀ ਪਾਰਟੀ ਦਾ ਵਰਕਰ ਆ, ਮੈਂ ਇਸ ਗੱਲ ਤੋਂ ਮੁਕਰਦਾ ਨਹੀਂ ਗਾ। ਕਾਂਗਰਸ ਪਾਰਟੀ ਦਾ ਵਧੀਆ ਮੁੰਡਾ ਵਰਕਰ ਆ, ਔਰ ਪਿੱਛੇ ਜੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ 2013 ਦੇ ਵਿੱਚ ਇਹਨੂੰ ਮੋਗੇ ਦੀ ਪੁਲਿਸ ਚੁੱਕ ਕੇ ਲੈ ਗਈ, ਅਤੇ ਜਦੋਂ ਸ਼ਹਿਰ ਵਾਲੇ ਇਕੱਠੇ ਹੋ ਕੇ ਉੱਥੇ ਮੋਗਾ SSP ਨੂੰ 2013 'ਚ ਮਿਲੇ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਗਿੰਨੀ ਨੂੰ ਕਿਸ ਗੱਲ 'ਚ ਚੁੱਕਿਆ, ਤਾਂ ਉਹ SSP ਨੇ ਇਨਕੁਆਇਰੀ DSP ਨੂੰ ਮਾਰਕ ਕਰਤੀ, ਔਰ DSP ਨੇ ਇਹਨੂੰ ਬੇਗਨਾਹ ਕਰਕੇ 5 ਦਿਨਾਂ ਬਾਅਦ ਇਹਨੂੰ ਛੱਡਤਾ, ਔਰ ਇਹਨੂੰ ਕਲੀਨ ਚਿੱਟ ਦੇਤੀ ਕਿ ਇਹ ਬੰਦਾ ਜਿਹੜਾ ਇਸ ਕੇਸ ਦੇ ਵਿੱਚ ਇਨਵੋਲਵ ਨਹੀਂ ਹੈਗਾ ਗਾ। ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਵੇਖੋ ਹੈਰਾਨੀਜਨਕ ਗੱਲ ਆ, ਅੱਜ ਜੋ ਮੈਨੂੰ ਪਤਾ ਲੱਗਾ, ਉਹ ਕਹਿੰਦੇ ਆ ਕਿ ਉਸ ਕੇਸ ਦੇ ਵਿੱਚ ਜਿੰਨੇ ਬਾਕੀ ਬੰਦੇ ਸੀ ਉਹ ਸਾਰੇ ਬਰੀ ਹੋ ਚੁੱਕੇ ਆ, ਔਰ ਉਹ ਬੰਦਿਆਂ ਨੇ ਵੀ ਉਦੋਂ ਇਹ ਬਿਆਨ ਦਿੱਤੇ ਕਿ ਅਸੀਂ ਜਿਹੜਾ ਗਿੰਨੀ ਆ ਅਸੀਂ ਨੂੰ ਜਾਣਦੇ ਨਹੀਂ ਇਹ ਬੰਦਾ ਕੌਣ ਆ। ਸਿਰਫ ਅਕਾਲੀ ਦਲ ਨੇ ਉਦੋਂ ਇੱਕ ਕਾਂਗਰਸੀ ਵਰਕਰ ਨੂੰ ਚੱਕ ਕੇ ਟੌਰਚਰ ਕੀਤਾ, ਔਰ ਉਸ ਤੋਂ ਬਾਅਦ ਦੇ ਵਿੱਚ 2015 ਤੋਂ ਲੈ ਕੇ ਅੱਜ ਪਤਾ ਲੱਗਾ ਕਿ ਇਹਨੂੰ ਭਗੌੜਾ ਕਰਾਰ ਦਿੱਤਾ, ਔਰ ਜਿਹਦੇ ਵਿੱਚ ਮੇਰੀ ਸਵੇਰੇ ਗਿੰਨੀ ਦੀ ਮੰਮੀ ਨਾਲ ਗੱਲ ਹੋਈ, ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਗਿਆ ਕਿ ਗਿੰਨੀ ਕਿਸੇ ਕੇਸ ਦੇ ਵਿੱਚ ਭਗੌੜਾ, ਕਿਉਂਕਿ 15 ਤੋਂ ਲੈ ਕੇ ਅੱਜ 19 ਆ ਗਈ ਹੈ, ਗਿੰਨੀ ਉਦੋਂ ਤੋਂ ਲੈ ਕੇ ਸ਼ਹਿਰ ਦੇ ਵਿੱਚ ਘੁੰਮ ਰਿਹਾ, ਗਿੰਨੀ ਉਦੋਂ ਤੋਂ ਲੈ ਕੇ ਬਾਹਰ ਅੰਦਰ ਆਉਂਦਾ ਜਾਂਦਾ, ਗਿੰਨੀ ਉਦੋਂ ਤੋਂ ਲੈ ਕੇ ਕਈ ਫੰਕਸ਼ਨਾਂ 'ਚ ਆਉਂਦਾ ਜਾਂਦਾ। ਤਾਂ ਮੈਂ ਇਹ ਗੱਲ ਕਹਿੰਦਾ ਕਿ ਅੱਜ ਮੁਖਮਿੰਦਰ ਸਿੰਘ ਛੀਨਾ ਦੇ ਉੱਤੇ ਗਾਜ ਡਿੱਗੀ ਆ, ਅੱਜ ਉਹਨੂੰ ਮੈਂ ਨੰਗਾ ਕੀਤਾ, ਅੱਜ ਮੁਖਮਿੰਦਰ ਸਿੰਘ ਛੀਨਾ ਜੀ ਅੱਜ ਤੁਹਾਨੂੰ ਗਿੰਨੀ ਅਰਗੇ ਭਗੌੜੇ ਦਿਸ ਪਏ, ਮੈਂ ਨਾ ਗਿੰਨੀ ਅਰਗਾ ਭਗੌੜਾ ਹੈ, ਉਹਦੀ ਅਰੈਸਟ ਪਾਓ, ਉਹਨੂੰ ਜੇਲ੍ਹ ਭੇਜੋ, ਗਿੰਨੀ ਨੂੰ ਇਨਸਾਫ ਆਪੇ ਮਿਲੂਗਾ, ਕਿਉਂਕਿ ਤੁਹਾਡੀ ਪੁਲਿਸ ਨੇ ਉਹਨੂੰ ਬੇਗਨਾਹ ਕੀਤਾ, ਔਰ ਆਪੇ ਜਿਹੜੇ ਅਫਸਰਾਂ ਨੇ ਬੇਗਨਾਹ ਕੀਤਾ ਆਪੇ ਉਹਨਾਂ 'ਤੇ ਕਾਰਵਾਈ ਹੋਊਗੀ ਕਿ ਤੁਸੀਂ ਉਦੋਂ 2013 ਦੇ ਵਿੱਚ ਉਹਨੂੰ ਕਿਉਂ ਬੇਗਨਾਹ ਕੀਤਾ। ਔਰ ਦੂਜੀ ਵੇਖੋ ਕਿੱਡੀ ਹੈਰਾਨੀ ਵਾਲੀ ਗੱਲ ਆ, ਪੁਲਿਸ ਦੀ ਜਿੱਥੇ IG ਛੀਨੇ ਅਰਗੇ ਅਫਸਰ ਲੱਗੇ ਹੁਣ, IG ਛੀਨਾ ਜਦੋਂ ਸਰਕਾਰ ਬਣਦਿਆਂ ਸਰ ਪਹਿਲਾਂ ਬਠਿੰਡੇ ਲੱਗੇ, ਉਦੋਂ ਵੀ ਫਿਰੋਜ਼ਪੁਰ ਉਹਨਾਂ ਦੇ ਥੱਲੇ ਸੀ, ਇਹਨਾਂ ਮਤਲਬ ਕਿ ਪੁਲਿਸ ਨੂੰ ਉਦੋਂ ਵੀ ਪਤਾ ਸੀਗਾ ਕਿ ਜਿਹੜਾ ਗਿੰਨੀ ਆ ਉਹ ਇੱਕ ਭਗੌੜਾ ਹੈ, ਔਰ ਜੇ ਭਗੌੜਾ ਹੈ, ਜੇ IG ਛੀਨੇ ਨੇ ਅੱਜ ਜਦੋਂ IG ਛੀਨੇ ਨੂੰ ਪਤਾ ਲੱਗਾ ਕਿ ਮੇਰਾ ਚਿਹਰਾ ਨੰਗਾ ਜਿਹੜਾ ਹੋ ਚੁੱਕਾ ਹੈ, ਔਰ ਮੇਰੇ 'ਤੇ ਦਬਾਅ ਬਣਾਉਣ ਲਈ ਇੱਕ ਕਿ ਉਹ ਕਾਂਗਰਸ ਦਾ ਵਰਕਰ ਮੈਂ ਚੁੱਕਣੇ ਸ਼ੁਰੂ ਕਰਦਾ, ਮੇਰੇ 'ਤੇ ਦਬਾਅ ਬਣਾਉਣ ਲਈ ਉਹਨੇ ਗਿੰਨੀ ਨੂੰ ਚੱਕਿਆ, ਔਰ ਮੈਂ ਕਿਸੇ ਦਬਾਅ ਥੱਲੇ ਆਉਣ ਵਾਲਾ ਨਹੀਂ ਗਾ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੁਖਮਿੰਦਰ ਸਿੰਘ ਛੀਨਾ, ਮੈਂ ਲੋਕਾਂ ਨੂੰ ਅੱਜ ਤੇਰੀ ਸ਼ਲੀਅਤ ਪਤਾ ਲੱਗ ਚੁੱਕੀ ਹੈ, ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਜੇ 2015 ਤੋਂ ਲੈ ਕੇ 2018 ਤੱਕ ਵਾਲਾ ਇੱਕ ਭਗੌੜਾ ਬੰਦਾ ਜਿਹੜਾ ਜਿਹਨੂੰ ਤੂੰ ਅੱਜ ਫੜਦਾ ਪਿਆ, ਜਿੱਦਣ ਤੈਨੂੰ ਨੰਗਾ ਕਰਦੇ ਪਏ ਆ, ਇਹਦਾ ਮਤਲਬ ਕਿ ਜਿਹੜੀ ਗੱਲ ਮੈਂ ਕਹੀ ਆ ਉਹ ਗੱਲ ਸੱਚੀ ਆ, ਔਰ ਮੈਂ ਸੱਚੀ ਗੱਲ 'ਤੇ ਪਹਿਰਾ ਦੇਣਾ, ਤੈਨੂੰ ਇਹ ਵੀ ਪਤਾ ਕਿ ਨਸ਼ਾ ਤਸਕਰ ਕਿਹੜੇ ਨੇ, ਤੈਨੂੰ ਇਹ ਵੀ ਪਤਾ ਕਿ ਨਜਾਇਜ਼ ਬ੍ਰਾਂਚਾਂ ਕੌਣ ਚਲਾਉਂਦੇ ਨੇ, ਔਰ ਉਹਨਾਂ ਸਾਰੀਆਂ ਦਾ ਸਰਗਨਾ ਜਿਹੜਾ ਹੈ ਉਹ ਮੁਖਮਿੰਦਰ ਸਿੰਘ ਛੀਨਾ ਹੈ। ਔਰ ਮੈਂ ਕੱਲ੍ਹ DGP ਸਾਹਿਬ ਨੂੰ ਮਿਲਿਆ, ਮੈਨੂੰ ਪੰਜਾਬ ਸਰਕਾਰ ਦੇ ਉੱਤੇ ਮਾਣ ਹੈ, ਮੈਨੂੰ ਵਿਸ਼ਵਾਸ ਹੈ DGP 'ਤੇ, ਮੈਨੂੰ ਕੈਪਟਨ ਅਮਰਿੰਦਰ ਸਿੰਘ ਜੀ 'ਤੇ ਵਿਸ਼ਵਾਸ ਆ ਕਿ ਇਹੋ ਜਿਹੜੇ ਅਫਸਰ ਆ ਜਿਹਨੂੰ ਕਾਲੀਆਂ ਭੇਟਾਂ ਦਾ ਮੈਂ ਨਾਂ ਦਿੱਤਾ, ਇਹੋ ਜਿਹੀਆਂ ਭੇਟਾਂ ਨੂੰ ਜਲਦੀ ਚੱਲਦਾ ਕਰਾਂਗੇ, ਔਰ ਤੇਰੀ ਬਦਲੀ ਨਹੀਂ ਕਰਨੀ, ਤੇਰੇ 'ਤੇ ਕਾਰਵਾਈ ਕਰਾਉਣੀ ਹੈ, ਕਾਰਵਾਈ ਕਰਾ ਕੇ ਤੈਨੂੰ ਉਸੇ ਗਿੰਨੀ ਦੇ ਨਾਲ ਅੰਦਰ ਰੱਖਣਾ। ਜੀਰਾ ਜੀ, ਜਿਹੜੇ ਪੁਲਿਸ ਵਾਲੇ ਇੱਦਾਂ ਦੀਆਂ ਕਾਰਵਾਈਆਂ ਕਰਦੇ ਆ, ਭਗੌੜੇ ਬੰਦੇ ਉਹਨਾਂ ਨੂੰ ਦਿਸਦੇ ਨਹੀਂ, ਬਾਅਦ 'ਚ ਇਕਦਮ ਕੇਸ ਦਰਜ ਕਰ ਦਿੰਦੇ ਆ, ਸਿਆਸੀ ਤੌਰ 'ਤੇ ਉਹਨਾਂ 'ਤੇ ਕਿਤੇ ਦਬਾਅ ਹੁੰਦਾ? ਇਹ ਗਿਣਤੀਆਂ ਮਿਣਤੀਆਂ ਦੇ ਚੱਕਰ 'ਚ ਉਹਨਾਂ ਦੀ ਆਦਤ ਤਾਂ ਨਹੀਂ ਬਣ ਗਈ ਕਿ ਇੱਦਾਂ ਕਰ ਲਓ, ਕਿ ਸਿਆਸੀ ਲੋਕਾਂ ਦੇ ਪ੍ਰਭਾਵ ਕਰਕੇ ਪਹਿਲਾਂ ਉਹਨਾਂ ਨੂੰ ਆਦਤ ਪੈ ਗਈ, ਫਿਰ ਆਦਤ ਤੋਂ ਮਜਬੂਰ ਹੋ ਜਾਂਦੇ ਆ, ਨਜਾਇਜ਼ ਵੀ ਕਰਦੇ? ਮੈਂ ਇਹਦੀ ਗੱਲ ਸੁਣੋ, ਮੈਂ ਜਿਹੜੀ ਲੋਕਾਂ ਦੀ ਆਵਾਜ਼ ਚੁੱਕੀ ਆ, ਮੈਂ ਇਹ ਆਵਾਜ਼ ਹੀ ਚੁੱਕੀ ਹੈ ਕਿ ਇਹੋ ਜਿਹੇ ਆਲਾ ਪੁਲਿਸ ਅਫਸਰ ਜਿਹੜੇ ਆ, ਗੈਂਗਸਟਰ ਕੌਣ ਬਣਾਉਂਦਾ, ਇਹੋ ਜਿਹੇ ਛੀਨੇ ਅਰਗੇ ਲੋਕ ਬਣਾਉਂਦੇ ਨੇ, ਇਹੋ ਜਿਹੇ ਲੋਕ ਜਿਹੜੇ ਪਿੰਡਾਂ 'ਚ ਨਸ਼ਾ ਵਿਕ ਰਿਹਾ, ਜਿਹੜਾ ਸਾਰਾ ਕੁਛ ਹੋ ਰਿਹਾ। ਜਿਵੇਂ ਅੱਜ ਮੁਸਤਫਾ ਸਾਹਿਬ ਨੇ ਕਿਹਾ, ਮੁਸਤਫਾ ਸਾਹਿਬ ਬਹੁਤ ਵਧੀਆ ਅਫਸਰ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜਿਹੜਾ ਹੈ ਕਿ ਨਸ਼ੇ ਦੇ ਉੱਤੇ ਅਸੀਂ ਨਸ਼ੇ ਦਾ ਲੱਕ ਤੋੜ ਦਿੱਤਾ। ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬੀਓ, ਨਸ਼ੇ ਦਾ ਲੱਕ ਕੈਪਟਨ ਅਮਰਿੰਦਰ ਸਿੰਘ ਨੇ ਤੋੜਿਆ, ਕਾਂਗਰਸ ਸਰਕਾਰ ਨੇ ਤੋੜਿਆ, ਔਰ 60% ਨਸ਼ਾ ਜਿਹੜਾ, ਇਹ ਵੀ ਗੱਲ ਮੈਂ ਕਹੀ ਹੈ ਕਿ ਖਤਮ ਕੀਤਾ ਸਾਡੀ ਸਰਕਾਰ ਨੇ, ਔਰ 40% ਜਿਹੜਾ ਨਸ਼ਾ ਹੈ ਉਹ ਇਹੋ ਜਿਹੜੇ ਅਫਸਰ ਨੇ ਛੀਨੇ ਅਰਗੇ ਇਹਨਾਂ ਦੇ ਕਰਕੇ ਜਿਹੜਾ ਉਹ ਵਿਕ ਰਿਹਾ, ਔਰ ਮੇਰੇ 'ਤੇ ਇਹ ਦਬਾਅ ਬਣਾ ਰਿਹਾ। ਮੈਂ ਕਿਸੇ ਦਬਾਅ ਤੋਂ ਕਿਸੇ ਗੱਲ ਤੋਂ ਡਰਨ ਵਾਲਾ ਨਹੀਂ, ਮੇਰੀ ਲੜਾਈ ਆ ਉਹ ਮੁਖਮਿੰਦਰ ਸਿੰਘ ਛੀਨਾ ਉਹਨਾਂ ਅਫਸਰਾਂ ਦੇ ਨਾਲ ਲੜਾਈ ਆ, ਉਹਨਾਂ ਕਰਪਟ ਅਫਸਰਾਂ ਦੇ ਨਾਲ ਜਿਹੜਾ ਨਸ਼ੇ ਨੂੰ ਜਿਹੜੇ ਕਿ ਉਹਨਾਂ ਸਰਗਨਾਂ ਨੂੰ ਜਿਹੜੇ ਪਨਾਹ ਦਿੰਦੇ ਨੇ, ਔਰ ਇਹ ਲੜਾਈ ਮੈਂ ਇਸੇ ਤਰ੍ਹਾਂ ਜਿਹੜੀ ਆ ਉਹ ਚਾਲੂ ਰੱਖਾਂਗਾ।
ਕਾਲੀਆਂ ਭੇਡਾਂ ਦੀ ਗਿਣਤੀ ਕਿੰਨੀ ਕੁ ਹੋਏਗੀ ਜਿਹੜੇ ਵੱਡੇ ਅਫਸਰਾਂ ਦੇ ਇੱਕ ਨੂੰ ਤਾਂ ਤੁਸੀਂ ਨੰਗਾ ਕਰਤਾ ਤੁਹਾਡੇ ਮੁਤਾਬਕ ਹੋਰ ਕਿੰਨੇ ਗਿਆ ਕਿਉਂਕਿ 40% ਜੇ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ ਉਹਨੂੰ ਚਲਾਉਣ ਵਾਲੇ ਉਸ ਰੈਕਟ ਨੂੰ ਵੱਧ ਬੰਦੇ ਹੋਣੇ ਕਿੰਨੇ ਕਿੰਨੇ ਪੁਲਿਸ ਵਾਲੇ ਮੈਨੂੰ ਫੋਨ ਕਾਲ ਆ ਰਹੀਆਂ ਨੇ ਔਰ ਤੁਸੀਂ ਇੱਕ ਚੀਜ਼ ਵੇਖੋ ਫੇਸਬੁੱਕ 'ਤੇ ਟਵਿੱਟਰ 'ਤੇ ਅਖਬਾਰਾਂ ਦੇ ਵਿੱਚ ਲੋਕ ਕਿੰਨਾ ਲਾਈਕ ਕਰ ਰਹੇ ਨੇ ਲੋਕ ਕਿਉਂ ਲਾਈਕ ਕਰ ਰਹੇ ਨੇ ਕਿਉਂਕਿ ਲੋਕ ਕਹਿੰਦੇ ਕਿ ਇਹ ਬੰਦੇ ਨੇ ਸੱਚੀ ਗੱਲ ਕੀਤੀ ਹੈ ਔਰ ਮੈਨੂੰ ਸ਼੍ਰੀ ਰਾਹੁਲ ਗਾਂਧੀ ਜੀ ਨੇ ਮੈਨੂੰ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੈਨੂੰ ਮੇਰੀ ਕਾਂਗਰਸ ਪਾਰਟੀ ਨੇ ਜਾਖੜ ਸਾਹਿਬ ਨੇ ਇੱਕੋ ਗੱਲ ਸਿਖਾਈ ਹੈ ਵਿਧਾਨ ਸਭਾ 'ਚ 2 ਲੱਖ ਵੋਟਰਾਂ ਦਾ ਮੈਂ ਨੁਮਾਇੰਦਾ ਔਰ ਮੈਨੂੰ ਇੱਕੋ ਗੱਲ ਸਿਖਾਈ ਹੈ ਕਿ ਸੱਚ 'ਤੇ ਪਹਿਰਾ ਦੇਣਾ ਕੁਲਬੀਰ ਸਿੰਘ ਜੀਰਾ ਨੇ ਸੱਚ 'ਤੇ ਪਹਿਰਾ ਦਿੱਤਾ ਹੈ ਇਹੋ ਜਿਹੇ ਅਫਸਰਾਂ ਦੇ ਖਿਲਾਫ ਜਿਹੜੀ ਮੇਰੀ ਲੜਾਈ ਸੀ ਉਹ ਹਮੇਸ਼ਾ ਹੀ ਜਿਹੜੀ ਆ ਉਹ ਚਾਲੂ ਰਹੂਗੀ ਕੱਲ੍ਹ ਜਿਹੜੇ ਇੱਕ ਠੇਕੇਦਾਰ ਨੇ ਤੁਹਾਡੇ 'ਤੇ ਦੋਸ਼ ਲਾਏ ਨੇ ਕਿ ਸਾਥੋਂ ਪੈਸੇ ਮੰਗਦੇ ਸੀ ਇਸ ਕਾਰਨ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ 'ਚ ਕਿੰਨੀ ਕੁ ਸੱਚਾਈ ਹੈ ਬਾਈ ਜੀ ਦਾਰੂ ਤਾਂ ਜਿਹੜੀ ਉਹਨਾਂ ਦੀ 2018 ਦੀ ਫੜੀ ਆ ਦੋਸ਼ ਮੇਰੇ 'ਤੇ ਅੱਜ ਲਾਉਂਦੇ ਪਏ ਆ ਮੈਂ ਤਾਂ ਉਹਨਾਂ ਨੂੰ ਨੰਗਾ ਕਰ ਰਿਹਾ ਔਰ ਇਹ ਜਿਹੜੇ IG ਸ਼ੀਨਾ ਦੀ ਕਿਚਨ ਕੈਬਨਿਟ ਆ ਕਿਚਨ ਕੈਬਨਿਟ ਦੇ ਮੈਂਬਰ IG ਸ਼ੀਨੇ ਦੇ ਮੁੰਡੇ ਦਾ ਵਿਆਹ ਹੋਇਆ ਉਹਨੇ 3 ਥਾਵਾਂ 'ਤੇ ਪਾਰਟੀ ਕੀਤੀ 1500-1500 ਰੁਪਈਆ ਤੁਸੀਂ ਲਾ ਲਓ ਕਿ ਮਾੜੇ ਪੈਲਸ 'ਚ ਚਲੇ ਜਾਓ 1500 ਰੁਪਈਆ ਪਰ ਪਲੇਟ ਜਿਹੜਾ ਹੈ ਉਹ ਇੱਕ ਬੰਦੇ ਦਾ ਖਰਚਾ ਹੈ ਔਰ 2000 ਦੀ ਗੈਦਰਿੰਗ ਸੀ ਔਰ ਜੀਰੇ ਆਪਣਾ ਫਿਰੋਜ਼ਪੁਰ ਪੁਲਿਸ ਲਾਈਨ ਦੇ ਸਾਰੇ ਜਿੰਨੇ ਮੁਲਾਜ਼ਮ ਸੀ ਸਾਰੇ ਇੱਥੇ ਡਿਊਟੀਆਂ 'ਤੇ ਲੱਗੇ ਸੀ ਕੋਈ ਪਾਰਕਿੰਗ 'ਤੇ ਕੋਈ ਕਿਤੇ ਕੋਈ ਕਿਤੇ ਮੈਂ ਪੁੱਛਣਾ ਚਾਹੁੰਦਾ ਪੁਲਿਸ ਡਿਪਾਰਟਮੈਂਟ ਨੂੰ ਕਿ IG ਸ਼ੀਨੇ ਨੇ ਉਹਨਾਂ ਲੋਕਾਂ ਦੇ ਪੈਸੇ ਜਮ੍ਹਾਂ ਕਰਾਏ ਆ ਮੈਂ ਪੁੱਛਣਾ ਚਾਹੁੰਦਾ ਪੁਲਿਸ ਡਿਪਾਰਟਮੈਂਟ ਨੂੰ ਕਿ ਜਿਹੜਾ 2 ਕਰੋੜ ਰੁਪਈਆ IG ਸ਼ੀਨੇ ਨੇ ਲਾਇਆ ਮੈਂ ਇਨਕਮ ਟੈਕਸ ਵਾਲਿਆਂ ਕੋਲ ਵੀ ਜਾਊਂਗਾ ਮੈਂ ਵਿਜੀਲੈਂਸ ਕੋਲ ਵੀ ਜਾਊਂਗਾ ਮੈਂ ਪੁੱਛਣਾ ਚਾਹੁੰਦਾ 2 ਕਰੋੜ ਰੁਪਈਆ ਕਿੱਥੋਂ ਆਇਆ ਮਖਵਿੰਦਰ ਸਿੰਘ ਛੀਨੇ ਦੇ ਘਰੇ ਇੱਕ ਮਰਸਡੀਜ਼ ਗੱਡੀ ਖੜੀ ਹੈ ਚਮਕਦੀ ਐ ਉਹਦੇ ਨੰਬਰ ਵੀ ਨਹੀਂ ਅਜੇ ਤੱਕ ਲੱਗਾ ਮੈਨੂੰ ਹੌਲੀ ਹੌਲੀ ਪਤਾ ਲੱਗਾ ਉਹ ਦਾਜ 'ਚ ਆਈ ਆ ਕਿ ਦਾਜ ਲੈਣਾ ਜਿਹੜਾ ਹੈ ਉਹ ਪੁਲਿਸ ਅਫਸਰ ਲੈ ਸਕਦਾ ਜੇ ਉਹ ਦਾਜ ਲੈ ਸਕਦਾ ਜਾਂ ਉਹ ਕਰੋੜ ਦੀ ਗੱਡੀ ਉਹ 1 ਕਰੋੜ ਰੁਪਈਏ ਦੀ ਗੱਡੀ ਦੇ ਪੈਸੇ ਕਿੱਥੋਂ ਆਏ ਉਹ ਇਹੋ ਜਿਹੇ ਠੇਕੇਦਾਰਾਂ ਨੇ ਦਿੱਤੇ ਆ ਇਹੋ ਜਿਹੇ ਠੇਕੇਦਾਰ ਜਿਹੜੇ ਆ ਦਾਰੂ ਵੀ ਇਹਨਾਂ ਨੇ ਇਹਦੇ ਮੁੰਡੇ ਦੇ ਵਿਆਹ 'ਤੇ ਦਿੱਤੀ ਮਹੀਨਾ ਵੀ ਇਹਨੂੰ ਇਹ ਦਿੰਦੇ ਨੇ ਇਹੋ ਜਿਹੇ ਲੋਕਾਂ ਨੇ ਇਹਦੇ ਮੁੰਡਿਆਂ ਦਾ ਵਿਆਹ ਕੀਤਾ ਔਰ ਇਹ ਸਾਰਾ ਕੁਝ ਜਿਹੜਾ ਮੈਂ ਲੋਕਾਂ ਦੇ ਅੱਗੇ ਜਿਹੜਾ ਹੈ ਕਿ ਜਲਦੀ ਥੋੜੇ ਦਿਨਾਂ ਦੇ ਵਿੱਚ ਅੱਗੇ ਲੈ ਕੇ ਆਵਾਂ ਮੁਖਮਿੰਦਰ ਸਿੰਘ ਸੀਨਾ ਦੇ ਪਹਿਲਾਂ ਵੀ ਇਹੋ ਜਿਹੇ ਕੋਈ ਕੇਸ ਸਾਹਮਣੇ ਆਏ ਨੇ ਤੁਸੀਂ ਕਿਉਂਕਿ ਉਸ ਏਰੀਏ 'ਚ ਵਿਚਰਦੇ ਹੋ ਕੋਈ ਇਹੋ ਜਿਹੇ ਕੋਈ ਦੋਸ਼ ਲੱਗੇ ਹੋਣ ਜਾਂ ਲੋਕਾਂ ਨੇ ਕੋਈ ਦੋਸ਼ ਲਾਏ ਹੋਣ ਪੀੜਤ ਹੋਣ ਹੋਰ ਗੱਲ ਇਹ ਹੈ ਕਿ ਲੋਕ ਪੀੜਤ ਬਹੁਤ ਸੀ ਪਰ ਜੇ ਕੋਈ ਮਾੜਾ ਬੰਦਾ ਬੋਲਦਾ ਤਾਂ ਉਹਦੇ 'ਤੇ ਕੇਸ ਰਜਿਸਟਰ ਕਰ ਦਿੰਦਾ ਮੁਖਮਿੰਦਰ ਸਿੰਘ ਸੀਨਾ ਔਰ ਧੰਨਵਾਦ ਕਰਦਾ ਮੈਂ ਮੀਡੀਆ ਦਾ ਜੇ ਮੀਡੀਆ ਵੀ ਮੇਰਾ ਸਾਥ ਨਾ ਦਿੰਦਾ ਤਾਂ ਹੋ ਸਕਦਾ ਜਿੱਥੇ ਮਖਵਿੰਦਰ ਸਿੰਘ ਛੀਨੇ ਨੂੰ 15 ਦਾ ਇੱਕ ਭਗੌੜਾ ਲੱਭਿਆ ਉਹ ਭਗੌੜੇ ਦੇ ਨਾਲ ਨਾਚ ਕੁਲਬੀਰ ਸਿੰਘ ਜੀਰਾ ਦਾ ਵੀ ਜੋੜ ਦਿੰਦਾ ਔਰ ਇਸ ਕਰਕੇ ਇਹੋ ਜਿਹੇ ਲੋਕ ਜਦੋਂ ਮੈਂ ਆਵਾਜ਼ ਚੱਕੀਏ ਤਾਂ ਬਹੁਤ ਲੋਕ ਆਏ ਨੇ ਕੱਲ੍ਹ ਇੱਕ ਫਾਜ਼ਿਲਕਾ ਤੋਂ ਲੜਕੀ ਆਈ ਸੀ ਉਹਦੇ ਘਰ ਵਾਲੇ ਨੇ 3 ਕਤਲ ਕੀਤੇ ਆ ਉਹਦੇ ਘਰ ਵਾਲੇ ਨੇ ਉਹਦੀ ਜਿਹੜੀ ਭਰਜਾਈ ਸੀਗੀ 3 ਕਤਲ ਕੀਤੇ ਆ ਔਰ ਕਹਿ ਕੇ ਗਈ ਆ ਉਹ ਮੀਡੀਆ ਅੱਗੇ ਬੋਲ ਕੇ ਗਈ ਹੈ ਕਿ 40 ਲੱਖ ਰੁਪਈਆ ਲੈ ਕੇ ਉਹਦੀ ਭਰਜਾਈ ਕਹਿੰਦੀ ਆ 25 ਲੱਖ ਦਾ ਉਹਨੇ ਘਰ ਵੇਚਿਆ ਕਿ 40 ਲੱਖ ਰੁਪਈਆ ਲੈ ਕੇ ਛੀਨੇ ਨੇ ਸਾਨੂੰ ਬੇਗਨਾ ਕਰਤਾ ਅਤੇ ਅਸੀਂ ਤੇਰਾ ਕੱਖ ਨਹੀਂ ਰਹਿਣ ਦੇਣਾ ਉਹ ਘਰੋਂ ਬੇਘਰ ਹੋਈ ਫਿਰਦੀ ਆ DGP ਸਾਹਿਬ ਨੂੰ ਮਿਲ ਕੇ ਗਈ ਆ ਅੱਜ ਇੱਕ ਅਬੋਹਰ ਦੇ ਪੀੜਤ ਪਰਿਵਾਰ ਆਏ ਸੀਗੇ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਬੰਦੇ 'ਤੇ 8 ਕੇਸ ਦਰਜ ਨੇ ਇੱਕ ਬੰਦੇ 'ਤੇ 7 ਨੇ ਘਰੋਂ ਬੇਘਰ ਕੀਤਾ ਹੋਇਆ ਨਜਾਇਜ਼ ਕੇਸ ਪਾਏ ਨੇ ਪੀੜਤ ਨੇ ਇਹ ਪੁਲਿਸ ਦਾ ਵਤੀਰਾ ਹਰ ਪਾਸੇ ਹੈਗਾ ਇਸ ਤਰ੍ਹਾਂ ਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਗੱਲ ਕਹਿੰਦਾ ਕਿ ਜੇ ਅਬੋਹਰ ਆ ਉਹ ਵੀ ਛੀਨੇ ਦੇ ਅੰਡਰ ਆਉਂਦਾ ਅਤੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੰਗਲ ਰਾਜ ਜਿਹੜਾ ਹੈ ਉਹ ਛੀਨੇ ਨੇ ਜਿਹੜਾ ਹੈ ਕਿ ਉਹ ਇੰਨਾ ਜਿਹੜਾ ਗਦਰ ਪਾਇਆ ਤੁਸੀਂ ਅਬੋਹਰ ਦੀ ਗੱਲ ਕਰ ਲਓ ਤੁਸੀਂ ਫਾਜ਼ਿਲਕਾ ਦੀ ਗੱਲ ਕਰ ਲਓ ਤੁਸੀਂ ਕਿਤੋਂ ਦੀ ਗੱਲ ਕਰ ਲਓ ਫਿਰੋਜ਼ਪੁਰ ਦੀ ਗੱਲ ਕਰ ਲਓ ਜਿੱਥੋਂ ਦੀ ਮਰਜ਼ੀ ਗੱਲ ਕਰ ਲਓ ਅੱਜ ਜੇ ਤੁਸੀਂ ਮੈਂ ਇਹ ਗੱਲ ਕਹਿੰਦਾ ਮੈਂ ਕਹਿੰਦਾ ਜੀਰੇ ਦੇ ਵਿੱਚ ਨਸ਼ਾ ਵਿਕ ਰਿਹਾ ਮੈਂ ਪਿੰਡਾਂ ਦੇ ਨਾਂ ਦੱਸ ਦਿੰਦਾ ਮੈਂ ਬੰਦਿਆਂ ਦੇ ਨਾਂ ਦੱਸਦਾ ਮੈਂ ਅਰਦਾਸੇ ਪਿੰਡ ਦੇ ਵਿੱਚ ਗੱਜਣ ਸਿੰਘ ਨਾਂ ਦਾ ਬੰਦਾ ਸ਼ਰੇਆਮ ਨਸ਼ਾ ਵੇਚਦਾ ਪੁਲਿਸ ਉਹਨੂੰ ਫੜਦੀ ਕਿਉਂ ਨਹੀਂ ਪੁਲਿਸ ਕਿਉਂ ਨਹੀਂ ਫੜਦੀ ਕਿਉਂਕਿ ਉਤਲਿਆਂ ਬੰਦਿਆਂ ਨੂੰ ਮਹੀਨਾ ਜਾਂਦਾ ਇਸ ਕਰਕੇ ਪੁਲਿਸ ਨਹੀਂ ਫੜਦੀ ਅੱਜ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਦੇ ਲੀਡਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕੁਲਬੀਰ ਜੀਰਾ ਜੀ ਨੇ ਜੋ ਦੋਸ਼ ਲਗਾਏ ਨੇ ਨਸ਼ਿਆਂ ਬਾਰੇ ਪੁਲਿਸ ਅਫਸਰਾਂ 'ਤੇ ਉਹ ਜਾਇਜ਼ ਨੇ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਨੂੰ ਸੁਨੀਲ ਜਾਖੜ ਜੀ ਨੂੰ ਨੋਟਿਸ ਨਹੀਂ ਦੇਣਾ ਚਾਹੀਦਾ ਸੀ ਬਲਕਿ ਸਲਾਹਾਂ ਕਰਨੀ ਬਣਦੀ ਹੈ ਇਸ ਗੱਲ ਦੀ ਜਿਹੜੇ ਸਰਕਾਰ ਵਿਰੋਧੀ ਪਾਰਟੀਆਂ ਨੇ ਤੁਹਾਡੀ ਸਲਾਹਾਂ ਕਰੀ ਆ ਤੁਹਾਡੀ ਪਾਰਟੀ ਤੁਹਾਨੂੰ ਨੋਟਿਸ ਦੇ ਰਹੀ ਆ ਇਹਦੇ ਬਾਰੇ ਕੀ ਜਿਹੜਾ ਮੇਰੀ ਪਾਰਟੀ ਨੇ ਮੈਨੂੰ ਨੋਟਿਸ ਦਿੱਤਾ ਉਹ ਨੋਟਿਸ ਤਾਂ ਦਿੱਤਾ ਕਿ ਇੱਕ ਬਾਦਲਾਂ ਦਾ ਡੱਬੂ ਆ ਪ੍ਰਕਾਸ਼ ਟੈਲੀਵਿਜ਼ਨ ਚੈਨਲ ਉਹ ਪ੍ਰਕਾਸ਼ ਟੈਲੀਵਿਜ਼ਨ ਚੈਨਲ ਨੇ ਜਿਹੜੀ ਮੇਰੀ ਖਬਰ ਸੀ ਉਹਨੂੰ ਤੋੜ ਮਰੋੜ ਕੇ ਲਾਇਆ ਔਰ ਉਹਨੂੰ ਤੋੜ ਮਰੋੜ ਕੇ ਲਾਉਣ ਕਰਕੇ ਪਾਰਟੀ ਦਾ ਹੱਕ ਬਣਦਾ ਸੀ ਮੈਨੂੰ ਨੋਟਿਸ ਦਿੱਤਾ ਨਾਲ ਕੋਈ ਗਿਲਾ ਨਹੀਂ ਮੈਂ ਨਾ ਤਾਂ ਉਹ ਸਟੇਜ ਦੇ ਉੱਤੇ ਕੋਈ ਪਾਰਟੀ ਦੇ ਬਰਖਿਲਾਫ ਗੱਲ ਕੀਤੀ ਹੈ
ना मैं कोई कैप्टन अमरिंदर सिंह जी के बरखिलाफ़ गल की है, ना मैं कोई अपनी सरकार के खिलाफ़ की। मैं तो इन्ना जरूर हाथ नाल इशारा करके कहा, मैं क्या छीने अर्गे करप्ट लोग जिन्ना चिर स्टेज पर रहेंगे मैं इन्हों स्टेज साझी नहीं कर सकता। मैं उत्थे मखमिंदर सिंह छीना का बाइकाट किया, मैं उस नोटिस का अज जवाब बना के भेज रहा और जाखड़ साहब न और कैप्टन अमरिंदर सिंह जी को मिलागा। मैनू विश्वास है उन्होंने कि वो मेरी गल सुन के वो यह लोगों का साथ नहीं देंगे, वो मेरी पार्टी मेरा साथ दोगी। मेरी पार्टी कांग्रेस पार्टी हमेशा सच्चे सुचे का साथ देती आई है और साड़ी पार्टी का एको मुख एजेंडा है कि नशा मुक्त पंजाब और नशा मुक्त पंजाब करके रहेंगे। यो जे जेडे अफसर ने उन्होंने जल्दी उन्होंने उत्ते केस दर्ज होंगे। तुसी सरकार नूं जगाता, नींद तो जगाता, एक तरह अखा खोलती हैं। जिहड़ा बंदा किसी नूं नींद तो जगाउंदा उहनूं भी एक बार परेशानी हुंदी है कि मेरी नींद क्यों खराब करती, कितना कदे तुहाडे ते वी गल आ रही है। नहीं नहीं कोई गल नहीं, मेरी सरकार मेरे लोग मेरे नाल ने, सारे खुश ने, यहो जी कोई गलबात नहीं। जेडे आपोजिशन वाले माड़े मोटे है वो करते हैं मेरे ते। तुसी एक गल दसो, मैं तो जिद्दण तो बयान देना धौन उच्ची करके देना, कभी छीने तरह कभी ऐं वेख्या जे, ये जीरा हमेशा ऐं ही रहूगा। मैं सच्चा सुचा बंदा वा, मैं लोगों नू कभी भी धोखा नहीं दे सकता, कभी जीरे हल्के वाले नाल 2 लाख वोटर नाल विश्वासघात नहीं कर सकता। एक पिछे तुसी ये भी कहा सी कि जो ये सारा मामला मुख्यमंत्री कैप्टन अमरिंदर सिंह दे भी ध्यान च लिया सी 2 महीने पहला, उते सुनवाई नहीं हुई, जां तुहाडी जिहड़ी फाइल सी अर्जी सी अफसरां ने कैप्टन साहब अगे पेश नहीं कीती, एक घाट कमी कित्थे लगदी तुहानूं? नहीं उहदे विच जिहड़ी ये सुनवाई दी गल जिहड़ी तुसी कहिंदे इक लौके दे विच परचा होया सी लौके खुरद च, उत्थे एक जीपी नां दा ठेकेदार आ फरमान सिंह दा हिस्सेदार, उन्हें मेरे बंदियां दे गोलियां मारियां और मूँह च गोली लगी। तो वो जिहड़ा सी पुलिस ने उन्हां बंदियां दा परचे चो ना कढ़ता, जदों उन्हां दा परचे विचों ना कढ़िया तां उस चीज़ नूं लैके मैं सीएम साहब नूं मिलिया, सीएम साहब ने डीजी साहब नूं सद्या और उनकी इनकुआरी जिहड़ी आ ਉਹ ਰੀਓਪਨ ਹੋ ਗਈ ਔਰ ਥੋੜੇ ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਰਿਜ਼ਲਟ ਆ ਗਿਆ। ਜੀਰਾ ਜੀ ਲਾਸਟ ਸਵਾਲ, ਜਿਹੜੇ ਪੁਲਿਸ ਅਫਸਰ ਵੱਡੇ ਆ ਜਿਹੜੇ ਨਜਾਇਜ਼ ਲੁੱਟ ਦੀ ਕਮਾਈ ਕਰ ਰਹੇ ਨੇ, ਜੇਬਾਂ ਭਰ ਰਹੇ ਨੇ, ਕੋਠੀਆਂ ਬਣਾ ਰਿਹਾ, ਜ਼ਮੀਨਾਂ ਬਣਾ ਰਿਹਾ, ਉਹਨਾਂ ਦੀ ਸਪੈਸ਼ਲ ਜਾਂਚ ਨਹੀਂ ਹੋਣੀ ਚਾਹੀਦੀ ਸਾਰੇ ਅਫਸਰਾਂ ਦੀ? ਪਹਿਲਾਂ ਵੀ ਗੱਲ ਉੱਠੀ ਆ, ਬਹੁਤ ਸਾਰੇ ਪੁਲਿਸ ਵਾਲੇ ਅੰਦਰ ਵੀ ਚੱਲ ਗਏ, ਜਿਵੇਂ ਸੁਰਜੀਤ ਸਿੰਘ ਜਿਹੜਾ ਗਰੇ ਵਾਲਾ, ਉਹਨੇ ਮੁੰਡੇ ਮਾਰੇ ਸੀ ਖਾੜਕੂਵਾਦ ਵੇਲੇ, ਉਹ ਵੀ 10 ਕਰੋੜ ਤੋਂ ਵੱਧ ਦੀ ਜਾਇਦਾਦ ਬਣਾਈ, ਅੱਜ ਉਹ ਜੇਲ੍ਹ 'ਚ ਆ। ਇਹੋ ਜਿਹੇ ਅਫਸਰਾਂ ਨੂੰ ਕੋਈ ਜਾਂਚ ਦੇ ਘੇਰੇ 'ਚ ਨਹੀਂ ਲਿਆਉਣਾ ਚਾਹੀਦਾ? ਪਹਿਲਾਂ ਸੁਰਜੀਤ ਤੋਂ ਗਿਆ, ਹੁਣ ਮੁਖਵਿੰਦਰ ਸਿੰਘ ਛੀਨਾ ਜਾਊਗਾ, ਤੁਹਾਡੇ ਸਾਹਮਣੇ ਵੇਖੀ ਚੱਲੋ। ਠੀਕ ਹੈ, ਧੰਨਵਾਦ। ਇਹ ਸਨ ਕੁਲਵੀਰ ਸਿੰਘ ਜੀਰਾ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਤਾਂ ਸਰਕਾਰ ਦੀਆਂ ਅੱਖਾਂ ਖੋਲੀਆਂ ਨੇ, ਜੋ ਇੱਥੇ ਨਸ਼ਿਆਂ ਦਾ ਕਾਰੋਬਾਰ ਹੈ, ਜੋ ਸਿਸਟਮ ਸਹੀ ਤਰ੍ਹਾਂ ਨਹੀਂ ਚੱਲ ਰਿਹਾ, ਇਹ ਆਵਾਜ਼ ਹੱਕ ਅਤੇ ਸੱਚ ਦੀ ਇਹ ਲਗਾਤਾਰ ਉਠਾਉਂਦੇ ਰਹਿਣਗੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਕੋਕਰ, ਚੰਡੀਗੜ੍ਹ।